ਅਸਲਾਮ ਅਲੈਕੁਮ ਬਾਈ ਜੀ, ਕੀ ਹਾਲ ਹੈ? ਠੀਕ ਹੋ? ਤਬੀਅਤ ਸਿਹਤ ਠੀਕ ਆ ਵੀਰ ਜੀ? ਹੋਰ ਬਾਈ ਜੀ, ਅਸੀਂ ਮੀਆਂ ਚੰਨੂ ਗੱਲਾਂ ਮੰਡੀ 'ਚ ਆ ਗਏ ਹਾਂ ਅਤੇ ਲਾਈਵ ਬੋਲੀ ਆ, ਤੁਸੀਂ ਵੇਖ ਲਓ ਸਾਹਮਣੇ ਸ਼ੁਰੂ ਆ ਅਤੇ ਇਹਦੇ ਵਿੱਚ ਬਾਈ ਦੇਖਦੇ ਹਾਂ ਕਿ ਅੱਜ ਰੇਟ ਕੀ ਨਿਕਲਦਾ ਵਾ ਕਣਕ ਦਾ, ਅਤੇ ਇਹ ਤੁਸੀਂ ਵੇਖ ਸਕਦੇ ਹਾਂ ਸਲਾਹ ਹੋ ਰਹੀ ਆ ਬਾਈ ਕਿ ਕੀ ਰੇਟ ਬੋਲਣਾ ਵਾ। ਰੇਟ ਬੋਲਣ ਲੱਗੇ ਆ ਬਾਈ, ਬਸ ਆਹ ਬਾਈ ਫਾਈਨਲ ਕਰਨ ਲੱਗਾ। ਲਓ ਜੀ ਬਾਈ, ਕਿੰਨਾ ਹੋ ਗਿਆ ਬਾਈ ਜੀ? 2670 ਰੁਪਈਏ ਇਹ ਕਣਕ ਦੇ ਢੇਰ ਦਾ ਲੱਗਾ ਰੇਟ ਬਾਈ ਜੀ। ਸਾਫ਼ ਕਣਕ ਆ, ਤੁਸੀਂ ਦੇਖ ਸਕਦੇ, ਮੈਂ ਨਜ਼ਦੀਕ ਕਰਕੇ ਤੁਹਾਨੂੰ ਵਿਖਾ ਦਿੰਦਾ। ਇਹ ਦੇਖੋ ਬਾਈ ਜੀ, 2670 ਰੁਪਈਏ ਬਾਈ ਇਹਦਾ ਰੇਟ ਲੱਗਾ ਵਾ। ਕੋਈ ਕੋਈ ਘੁੰਡੀ ਇਹਦੇ ਵਿੱਚ ਅਤੇ ਬਾਕੀ ਮਾਸ਼ਾਅੱਲਾ ਸਾਫ਼ ਹੈਗੀ ਹੈ ਕਣਕ। ਇਹ ਦੇਖੋ ਸਾਫ਼ ਕਣਕ ਆ ਬਾਈ ਜੀ। ਅਤੇ ਬਾਈ ਜੀ, ਇਸ ਤੋਂ ਇਲਾਵਾ ਵੀ ਜਿਹੜਾ ਰੇਟ ਹੈਗਾ ਵਾ ਮੀਆਂ ਚੰਨੂ ਗੱਲਾਂ ਮੰਡੀ ਵਿੱਚ, ਇੰਨਾ ਕੀ ਲੱਗ ਰਿਹਾ ਵਾ? 2500 ਤੋਂ 2700 ਰੁਪਏ ਤੱਕ। ਅਤੇ ਜਿਵੇਂ ਹੀ ਬਾਈ ਕੋਈ ਨਵੀਂ ਅਪਡੇਟ ਆਏਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ। ਅਤੇ ਬਾਈ, ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ? ਤੁਹਾਡੇ ਸ਼ਹਿਰ 'ਚ ਮਤਲਬ ਗੱਲਾਂ ਮੰਡੀ 'ਚ ਅੱਜ ਕੱਲ੍ਹ ਰੇਟ ਕੀ ਚੱਲ ਰਿਹਾ ਵਾ ਗੰਦਮ ਦਾ, ਆਹ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ। ਅਤੇ ਮਿਲਦੇ ਹਾਂ ਬਾਈ ਨਵੀਂ ਵੀਡੀਓ ਨਾਲ। ਆਪਦਾ ਬੜਾ ਹੀ ਖਿਆਲ ਰੱਖਿਓ, ਦੁਆਵਾਂ 'ਚ ਯਾਦ ਰੱਖਿਓ। ਬੜੀ ਮਿਹਰਬਾਨੀ ਬਾਈ ਜੀ, ਤੁਹਾਡੀ ਵੀਡੀਓ ਦੇਖਦੇ ਹੋ, ਪਿਆਰ ਦਿੰਦੇ ਹੋ, ਅਤੇ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।